पौड़ी टंडा टड्डा ढूंढत कै फिरो ढूंढन आमन माहे। टड्डा ढूंढत कै फिरो किथे ढूंढते फिरदे हो किथे ढूंढते हो किथे दियां पैदल यात्रावां करदे हो ढूंढते आमन माहे अपने मन दे विच टोड़ लो जिन्हें टोड़ लै जे मन च टोड़ लै की लोड़ है हुण तुहानूं ਕੀਤਾ ਲੋੜ ਹਜ਼ੂਰ ਸਾਹਿਬ ਇਹਨਾਂ ਇਕੱਠ ਕਰਨ ਦੀ ਪਈ ਸੀ ਤੁਹਾਨੂੰ ਜਦ ਤੁਸੀਂ ਗੁਰਬਾਣੀ ਮੰਨਣੀ ਹੋਈ ਨਹੀਂ ਬਾਕੀ ਪਖੰਡਵਾਦ ਦਾ ਕੀ ਫਾਇਦਾ ਜੇ ਮਨ ਦੇ ਵਿੱਚ ਟੋਲਦੇ ਹੋਮੋ ਪ੍ਰਚਾਰ ਤਾਂ ਤੁਸੀਂ ਉਲਟਾ ਕਰਦੇ ਹੋ ਮੈਸੇਜ ਆ ਕੇ ਉਲਟੇ ਦਿੰਦੇ ਹੋ ਤੇ ਨਾ ਕਰੋ ਉਦੋਂ ਤਾਂ ਉਹ ਚੰਗਾ ਪ੍ਰਚਾਰ ਝੂਠ ਬੋਲਣ ਨਾਲ ਤਾਂ ਚੁੱਪ ਕਰਨਾ ਚੰਗਾ ਝੂਠ ਬੋਲ ਕੇ ਲੋਕਾਂ ਨੂੰ ਭਰਮ ਚ ਪਾ ਕੇ ਤੇ ਚੁੱਪ ਕਰਨਾ ਚੰਗਾ ਨਾ ਉਹ ਜੋਗੀ ਚੰਗਾ ਝੂਠ ਤਾਂ ਨਹੀਂ ਬੋਲਦਾ ਵਿਚਾਰੇ ਚੁੱਪ ਕਰਿਆ ਹੋਇਆ ਜੋਗਿਆਂ ਦੀ ਤਾਦਾ ਸਭ ਨੂੰ ਘਟਦਾ ਹੀ ਹੈ ਚੁੱਪ ਕਰਿਆ ਨਹੀਂ ਜਿਹਨੇ ਸਾਧ ਬਣਨਾ ਬਣ ਜਾਵੇ ਨਹੀਂ ਬਣਨਾ ਨਾ ਬਣੇ ਉਪਦੇਸ਼ ਤਾਂ ਨਹੀਂ ਦਿੰਦੇ ਕਿਸੇ ਨੂੰ ਪ੍ਰੈਕਟੀਕਲ ਨੇ ਕਰ ਲਓ ਜਿਹਨੇ ਕਰਨਾ ਕੋਈ ਝੂਠ ਤਾਂ ਨਹੀਂ ਬੋਲਦੇ ਚੱਲ ਜੇ ਕਰਾਮਾਤਾਂ ਕਰਾਮਾਤਾਂ ਝੂਠ ਬੋਲਦੇ ਨੇ ਰੋਟੀ ਪਾਣੀ ਖਾਤਰ ਉਹਨਾਂ ਦੀ ਉਹਨੇ ਨਿੰਦਿਆ ਵੀ ਕੀਤੀ ਹੋਈ ਹੈ ਬਾਣੀ 'ਚ ਉਹਨਾਂ ਨੂੰ ਕਿਹੜਾ ਪੂਰੇ ਮੰਨਿਆ ਹੋਇਆ ਪਰ ਜਿਹੜਾ ਆ ਪ੍ਰਚਾਰ ਕਰਕੇ ਇੰਨਾ ਕੁਛ ਕਰਕੇ ਲੋਕਾਂ ਦਾ ਐਨਰਜੀ ਵੇਸਟ ਕਰਨੀ ਹੈ ਔਰ ਆਰਥਿਕ ਤੌਰ 'ਤੇ ਲੋਕਾਂ ਦਾ ਸਾਰਾ ਬਰਬਾਦੀ ਕਰਨੀ ਹੈ ਟਾਈਮ ਵੇਸਟ ਕਰਨਾ ਹੈ ਔਰ ਉਪਦੇਸ਼ ਉਲਟਾ ਦੇਣਾ ਗੁਰਮਤਿ ਤੋਂ ਉਲਟਾ ਉਪਦੇਸ਼ ਦੇਣਾ ਪੈਸੇ ਦੀ ਵੀ ਬਰਬਾਦੀ ਟਾਈਮ ਦੀ ਵੀ ਬਰਬਾਦੀ ਇਹ ਤਾਂ ਅਪਰਾਧ ਹੈ ਫਿਰ ਆਰਥਿਕ ਤੌਰ 'ਤੇ ਲੋਕਾਂ ਨੂੰ ਕਮਜ਼ੋਰ ਕਰਨਾ ਟਾਈਮ ਉਹਨਾਂ ਦਾ ਬਰਬਾਦ ਕਰਨਾ ਉਪਦੇਸ਼ ਉਲਟ ਕਰਨਾ ਗੁਰਬਾਣੀ ਤੋਂ ਇਦੋਂ ਵੱਡਾ ਅਪਰਾਧ ਹੋਰ ਕੀ ਹੋਊਗਾ ਇਹ ਅਪਰਾਧ ਹੈ ਇਹ ਗੁਰਮਤਿ ਦਾ ਪ੍ਰਚਾਰ ਨਹੀਂ ਅਪਰਾਧ ਹੈ ਗੁਰਮਤਿ ਦੇ ਨਾਂ 'ਤੇ ਅਪਰਾਧ ਕਰ ਰਹੇ ਹੋ ਜਿਹੋ ਜਿਹਾ ਅਪਰਾਧ ਉਹ ਕਰ ਰਹੇ ਤੇ ਨਾ ਪਹਿਲੇ ਉਹੋ ਜਿਹਾ ਅਪਰਾਧ ਇਹ ਕਰ ਰਹੇ ਨੇ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਤੁਹਾਨੂੰ ਤਾਂ ਪਤਾ ਹੈ ਸਾਡੇ ਕੋਲ ਤਾਂ ਬਾਣੀ ਹੈ ਉਹਨਾਂ ਕੋਲ ਤਾਂ ਹੈ ਨਹੀਂ ਸੀ ਹੁਣ ਕਬੀਰ ਕੋਲ ਹੈ ਨਹੀਂ ਸੀ ਵਿਚਾਰੇ ਕੋਲ ਜਦ ਉਹਨੂੰ ਪਤਾ ਲੱਗਿਆ ਜਦ ਉਹਨੇ ਦੁਨੀਆਂ ਨੂੰ ਜਦੇ ਦੱਸਿਆ ਨਾ ਜਾਂ ਪਤਾ ਲੱਗਿਆ ਸਾਡੇ ਕੋਲ ਤਾਂ ਸਭ ਕੁਛ ਹੈਗਾ ਜਾਣ ਬੁੱਝ ਕੇ ਜ਼ਿਆਦਾ ਕਰਦੇ ਨੇ ਲੋਕ ਪਤਾ ਲੱਗੇ ਤਾਂ ਵੀ ਨਹੀਂ ਮੰਨਦੇ ਅਸਲ 'ਚ ਮਾਇਆਧਾਰੀ ਨੇ ਦੁਨੀਆਂ ਦੀ ਵਡਿਆਈ ਆ ਮਾਇਆ ਦੋ ਚੀਜ਼ਾਂ ਤੋਂ ਸਵਾਰਿਆਂ ਨੂੰ ਕੁਛ ਨਹੀਂ ਚਾਹੀਦਾ ਡੱਡਾ ਢੂੰਡਤ ਕਹਿ ਫਿਰ ਉਹ ਢੂੰਡਣ ਆਮਨ ਮਾਹੇ ਢੂੰਡਣ ਆਮਨ ਮਾਹੇ ਸੰਗ ਤੁਮਾਰੇ ਪ੍ਰਭੂ ਵਸੇ ਬਣ ਬਣ ਕਹਾਂ ਫਿਰ ਆਹੇ ਪ੍ਰਭੂ ਦਾ ਤੁਹਾਡੇ ਨਾਲ ਵਸਦਾ ਤੁਸੀਂ ਕਿੱਥੇ ਟੋਲਦੇ ਫਿਰਦੇ ਹੋ ਜੇ ਉਹ ਬਣ ਬਣ ਨਹੀਂ ਟੋਲਦੇ ਤੁਸੀਂ ਕੀ ਕਰਦੇ ਫਿਰਦੇ ਹੋ ਜਿਹੜਾ ਕਦੇ ਉੱਥੇ ਚਲੇ ਗਏ ਕਦੇ ਉੱਧਰ ਚਲੇ ਗਏ ਪਾਕਿਸਤਾਨ ਚਲੇ ਗਏ ਤੁਸੀਂ ਕਰਦੇ ਫਿਰਦੇ ਹੋ ਕੀ ਕਰਨ ਨੂੰ ਫਿਰਦੇ ਹੋ ਤੁਰੇ ਕੀ ਤਾਂ ਪੰਜੇ ਸਾਫ ਰੱਖੇ ਕੀ ਨਨਕਾਣੇ ਸਾਫ ਰੱਖੇ ਸਿੱਖੀ ਨੂੰ ਤਾਂ ਤੁਸੀਂ ਮੰਨਣਾ ਹੀ ਨਹੀਂ ਫਿਰ ਉੱਥੇ ਕੀ ਕਰਨ ਜਾਂਦੇ ਹੋ ਕੀ ਹੇਮਕੁੰਡ 'ਤੇ ਰੱਖਿਆ ਸੈਰ ਕਰਨ ਜਾਂਦੇ ਹੋ ਫਿਰ ਸੈਰ ਹੈ ਫਿਰ ਤਾਂ ਧਰਮ ਨਹੀਂ ਇਹ ਸੈਰ ਸੈਰ ਹੋਰ ਕਿਤੇ ਕਰਿਆ ਉਹ ਧਰਮ ਦੇ ਨਾਂ 'ਤੇ ਇਹ ਸੈਰ ਕਰਨੀ ਇਹ ਵੀ ਅਪਰਾਧ ਹੈ ਧਰਮ ਤੋਂ ਲੋਕਾਂ ਦਾ ਵਿਸ਼ਵਾਸ ਉੱਡ ਜਾਂਦਾ ਭਾਈ ਧਰਮ ਦੇ ਨਾਂ 'ਤੇ ਸੈਰ ਨਹੀਂ ਕਰਨੀ ਸੈਰ ਹੋਰ ਕਰਿਆ ਬਥੇਰੀਆਂ ਜਗ੍ਹਾ ਪਈਆਂ ਜੇ ਹਜ਼ੂਰ ਸਾਹਿਬ ਜਾਵਾਂਗੇ ਕੁਛ ਮੰਨ ਕੇ ਆਵਾਂਗੇ ਕੁਛ ਮੰਨ ਕੇ ਆਵਾਂਗੇ ਵੀ ਆਹ ਕਰਨਾ ਹੀ ਕਰਨਾ ਫਿਰ ਤਾਂ ਕੋਈ ਫਾਇਦਾ ਹੋਇਆ ਕਿਤੇ ਜਾਣ ਦਾ ਜੇ ਕਿਸੇ ਕੋਲ ਜਾਣਾ ਹੈ ਉਹਦੀ ਗੱਲ ਮੰਨੇ ਵੀ ਉਹਦੇ ਕੋਲ ਜਾਣਾ ਹੈ ਉੱਥੇ ਕੁਛ ਮੰਨਾਂਗੇ ਵੀ ਉੱਥੇ ਭਾਈ ਗਏ ਹਾਂ ਬਹਾਨਾ ਬਣਾ ਲਓ ਜਾਣ ਨੂੰ ਤਾਂ ਬਹਾਨਾ ਬਣਾਉਣਾ ਹੈ ਜਾਣ ਨੂੰ ਤਾਂ ਬਹਾਨਾ ਬਣਾਇਆ ਆਪਾਂ
ਇਹ ਵੀ ਨਹੀਂ ਹੈ, ਕੋਈ ਅਸਰ ਨਹੀਂ। ਗਾਹਾਂ ਵਾਲੇ ਕੀ ਨੇ? ਗਾਹਾਂ ਵਾਲੇ ਵੀ ਉਹੋ ਜਿਹੇ ਹੀ ਨੇ। ਗਾਹਾਂ ਕੀ ਹੈ? ਗਾਹਾਂ ਵਾਲਿਆਂ ਦਾ ਕਰਤਾਰ ਕੀ ਹੈ? ਇੱਦਾਂ ਵੀ ਬੜਾ ਜਾਣੇ ਵਾਲਿਆਂ ਨੂੰ ਜਿੱਥੇ ਜਾਂਦੇ ਨੇ ਉਹਨਾਂ ਭੈੜੇ ਕਰਤਾਰ ਵਾਲੇ ਕੋਲ ਨਹੀਂ ਜਾਈਦਾ ਹੁੰਦਾ। ਤੁਹਾਡੇ ਨਾਲ ਜਿਹੜਾ ਘਟੀਆ ਬੰਦਾ ਹੈ, ਸਾਡੇ ਨਾਲ ਜਿਹੜਾ ਘਟੀਆ ਬੰਦਾ ਹੈ, ਉਹਨੂੰ ਟੀਚਰ ਨਹੀਂ ਬਣਾਈਦਾ ਹੁੰਦਾ। ਗੁਰੂ ਉਹਨੂੰ ਬਣਾਈਦਾ ਹੁੰਦਾ, ਆਗੂ ਉਹਨੂੰ ਬਣਾਈਦਾ ਹੁੰਦਾ ਜਿਹੜਾ ਤੁਹਾਡੇ ਨਾਲ ਤੁਹਾਨੂੰ ਕੋਈ ਦੇ ਸਕੇ। ਜਿਹਦਾ ਬੁਰਾ ਅਸਰ ਪੈ ਜਾ ਤੁਹਾਡੇ 'ਤੇ, ਉਹਦੇ ਕੋਲ ਜਾਣ ਦਾ ਕੀ ਫਾਇਦਾ? ਗੁਰਦੁਆਰਿਆਂ 'ਚ ਬੈਠਣ ਵਾਲੇ ਬਹੁਤ ਘਟੀਆ ਨੇ ਬੰਦੇ, ਉਹਨਾਂ ਕੋਲ ਜਾਣ ਕਰਕੇ ਹੀ ਸੰਗਤ 'ਤੇ ਘਟੀਆ ਹੁੰਦੀ ਚਲੀ ਜਾਂਦੀ ਹੈ ਰੋਜ਼। ਸੰਗਤ ਕਿਉਂ ਘਟੀਆ ਹੁੰਦੀ ਚਲੀ ਜਾਂਦੀ ਹੈ? ਜਿਹਨਾਂ ਕੋਲ ਜਾਂਦੀ ਉਹ ਘਟੀਆ ਨੇ। ਅੱਗੇ ਵਧੀਆ ਸੀਗੇ ਗੁਰੂ, ਵਧੀਆ ਸੀ ਸੰਗਤ ਦਾ ਕਰਤਾਰ, ਉੱਚਾ ਹੋ ਜਾਂਦਾ ਸੀ। ਹੁਣ ਘਟੀਆ ਨੇ, ਅੰਗਰੇਜ਼ਾਂ ਨੇ ਮੰਨ ਲਿਆ ਸੀਗਾ ਜਿਹੜਾ ਗਿਰਜੇ ਦੇ ਜਿੰਨਾ ਨੇੜੇ ਰਹੂਗਾ ਉਹਨਾਂ ਖੁਦਾ ਤੋਂ ਦੂਰ ਰਹੂਗਾ। ਨੀਅਰ ਅਰ ਦੀ ਚਰਚ ਫਾਰਦਰ ਫਰੋਮ ਗੋਡ, ਜਿਹੜੇ ਗੁਰਦੁਆਰਾ ਜਿਹਨੇ ਨੇੜੇ ਨੇ ਉਹਨੇ ਪਰਮੇਸ਼ਰ ਤੋਂ ਦੂਰ ਨੇ, ਉਹਨੇ ਗੁਰਬਾਣੀ ਤੋਂ ਦੂਰ ਨੇ। ਜਿੰਨੇ ਗੁਰਦੁਆਰਿਆਂ ਦੇ ਨੇੜੇ ਨੇ ਉਨੇ ਗੁਰਬਾਣੀ ਤੋਂ ਦੂਰ ਨੇ। ਇਹ ਨਿਯਮ ਹੈ। ਇੰਨੇ ਗੁਰਦੁਆਰੇ ਗੁਰੂ ਨਹੀਂ ਸੀ ਬਣਾਉਣ ਦਿੰਦੇ ਕਦੇ ਵੀ। ਬਾਣੀ ਤੁਹਾਡੇ ਕੋਲ ਹੈ, ਘਰ ਪੜ੍ਹੀ ਜਾਓ, ਗੁਰਦੁਆਰੇ ਬਣਾ ਕੇ ਕੀ ਫਾਇਦਾ? ਝਗੜੇ ਦਾ ਕਾਰਨ ਬਣ ਗਏ, ਪਾਰਟੀਬਾਜ਼ੀ ਦਾ ਕਾਰਨ ਬਣ ਗਏ, ਹਉਮੈ ਦਾ ਕਾਰਨ ਬਣ ਗਏ, ਕਰਪਸ਼ਨ ਦਾ ਕਾਰਨ ਬਣ ਗਏ, ਗਿਰਾਵਟ ਦਾ ਕਾਰਨ ਬਣ ਗਏ। ਭੁੱਖੇ ਮੁੱਲਾਂ ਘਰੇ ਮੁਸੀਬਤ ਵਾਲੀ ਗੱਲ ਬਣੀ, ਲੋਕ ਘਰਾਂ ਦੇ ਵਿੱਚ ਰੱਖਣ ਲੱਗ ਗਏ। ਅੱਗੇ ਮੁਸੀਬਤਾਂ ਇੱਦਾਂ ਬਣਾਈਆਂ ਸੀ, ਹੁਣ ਗੁਰਦੁਆਰੇ ਬਣਾਉਣ ਲੱਗ ਗਏ। ਸੰਗਤ ਮਾਰੇ ਪ੍ਰਭੂ ਵਸੈ, ਬਣ ਬਣ ਕਹਾਂ ਫਿਰਾਏ, ਬਣ ਬਣ ਕਹਾਂ ਫਿਰਾਏ। ਸੰਗਤ ਤੁਮਾਰੇ ਪ੍ਰਭੂ ਵਸੈ, ਪ੍ਰਭੂ ਸੰਗ ਵਸਦਾ, ਜੰਗਲ ਬਣ ਬਣ ਕੀ ਕਰਦੇ ਹੋ ਫਿਰਦੇ? ਬਣ ਬਣ ਫਿਰਨ ਦਾ ਕੀ ਫਾਇਦਾ? ਢੇਰੀ ਢਾਹੋ ਸਾਧ ਸੰਗ, ਅਹੰ ਬੁੱਧ ਬਿਕਰਾ। ਢੇਰੀ ਢਾਰੋ, ਢੇਰੀ ਢਾਹੋ ਸਾਧ ਸੰਗ, ਢੇਰੀ ਕਾਹਦੀ ਢਾਹੋ? ਅਹੰ ਬੁੱਧ ਬਿਕਰਾ, ਕਿਹੜੀ ਢੇਰੀ ਢਾਹੋ? ਹੁਣ ਕਿਹਾ ਅਹੰ ਬੁੱਧ ਵਾਲੀ, ਹੰਕਾਰ ਦੀ ਢੇਰੀ ਢਾਹ ਦਿਓ। ਅਸਲ 'ਚ ਹੰਕਾਰ ਅੜਕਾ ਆਪਣੀ ਕੋਈ ਰਸਤਾ ਜਾਂਦਾ, ਸੜਕ ਆ ਉਹਦੇ ਵਿਚਾਲੇ ਮਿੱਟੀ ਦੇ ਢੇਰ ਲਾ ਦਈਏ, ਰੁਕੀ। ਇਹ ਜਿਹੜੀ ਰਸਤਾ ਮਾਰਗ ਹੈ ਧਰਮ ਦਾ, ਇਹਦੇ ਵਿੱਚ ਹੰਕਾਰ ਦਾ ਜਿਹੜਾ ਢੇਰ ਲੱਗਿਆ ਹੋਇਆ, ਇਹ ਗਾਹਾਂ ਨਹੀਂ ਤੁਰਨ ਦਿੰਦਾ। ਵਿਕਰਾਲ ਅਹੰ ਬੁੱਧ, ਵਿਕਰਾਲ, ਵਿਕਰਾਲ ਭਿਆਨਕ ਰੂਪ ਨੂੰ ਕਹਿੰਦੇ ਨੇ। ਅਹੰ ਬੁੱਧ ਹੈ, ਬੜੀ ਭਿਆਨਕ ਰੂਪ ਹੈ। ਜਿੰਨੇ ਧਰਮ ਦੇ ਨਾਂ 'ਤੇ ਵੱਡੇ ਵੱਡੇ ਅਪਰਾਧ ਹੋਏ ਨੇ, ਇਹ ਹੰਕਾਰ ਹੈ ਜਿਹੜਾ ਕਰਦਾ। ਧਾਰਮਿਕ ਬੰਦਿਆਂ ਦਾ ਹੰਕਾਰ ਹੈ ਵਿਕਰਾਲ ਰੂਪ ਧਾਰਨ ਕਰਦਾ। ਜਿਨ੍ਹਾਂ ਨੇ ਖੋਪਰੀਆਂ ਲਾਈਆਂ ਨੇ ਧਰਮ, ਉਹ ਵੀ ਧਰਮ।